भाई की हाल चाल ने जी? ठीक ठाक हो? की काम करदा भाई तू? अच्छा, आही का था तेरा कमरा? बात तेरे शरा किन्ने साल तो इतना मैं भैन है घर वाली तेरी? 1.5-2 साल तो पहने। सत श्री अकाल। तेरा की नाम है? सुखजीत। सुखजीत कौर? इन संगल नाल ही बन के रख दे तेनू ये? है भैने सुखजीत, तेनू एदा ही बन के रख दे ये? ਉਰੇ ਪੁੱਤ ਕੀ ਹਾਲ ਨੇ? ਕੀ ਨਾਂ ਤੇਰਾ? ਜਸ਼ਨ। ਜਸ਼ਨ ਜਸ਼ਨ ਕੀ ਕਰਦਾ ਤੂੰ? ਫਿਰ ਪੜ੍ਹਦਾ? ਸਕੂਲੇ ਜਾਂਦਾ ਹੁੰਦਾ? ਕਿਹੜੀ ਜਮਾਤ ਚ? ਆਇਆ ਪੁੱਤ ਤੂੰ ਵੀ ਕੁੜੀਏ? ਉਰੇ ਪੁੱਤ ਹੈ ਕੀ ਕਹਿੰਦੀ ਆ ਤੂੰ ਕੁੜੀਏ? ਕੀ ਨਾਂ ਤੇਰਾ? ਸਿਮਰਨ ਕੌਰ। ਹੋਰ ਸਿਮਰਨ ਤੂੰ ਕੀ ਕਰਦੀ? ਪੜ੍ਹਦੀ ਆ ਤੁਸੀਂ ਕਿਹੜੀ ਜਮਾਤ ਚ? ਤੀਜੀ ਜਮਾਤ ਚ ਪੜ੍ਹਦੀ ਆ। ਤੇਰੀ ਮੰਮੀ ਦਾ ਕੀ ਨਾਮ ਆ? ਸੁਖਜੀਤ ਕੌਰ। ਬਾਈ ਕਿਹੜੇ ਪਿੰਡ ਵਿਆਹ ਤੂੰ? ਛਤਰੇ ਵਿਆਹ? ਕਿੰਨੇ ਸਾਲ ਹੋ ਗਏ ਤੇਰਾ ਵਿਆਹ ਹੋਏ ਨੂੰ? अच्छा, ब्याह मौके ठीक सी? ब्याह मौके तो ठीक सी, ये बाद च मैं ढिल्ला हो गया। दो महीने मैं पागल हो चला है। हैं? मैं ढिल्ला हो गई, पागल हो चला ही मैं आप। अच्छा, बाद च मैं हौली हौली ठीक हो गया। मैं काम से जान लग गया। ये पता नहीं मेरी टेंशन है कि कहां का कूद गई। कट है गया नहीं थोड़ा? बस आई गंदी टेंशन लगी। तेरा की नाम है? मेरा नाम त्रिमिंदर सिंह। त्रिमिंदर सिंह। त्रिमिंदरा, मतलब जो ये इतना हुई पहला उदो बच्चे सीगे? जो सही सीगे उदो जी बच्चे सी, बच्चे सही हो गए दोनों बच्चे तो होया तो ठीक सीगी। ऐं तां नहीं होया बच्चा होण तो कुछ महीने बाद हो गई सी? ਬਾਥਰੂਮ ਜਾਣਾ ਮੈਂ ਕਿਹਾ ਲੈਟਰੀਨ ਜਾਇਆ। ਮੈਂ ਰੋਟੀ ਲਾਈ ਜਾਂਦਾ ਸੀ, ਮੈਂ ਕੰਮ ਤੇ ਜਾਣਾ ਸੀਗਾ। ਤੇ ਜਦੋਂ ਮੈਂ ਵੇਖਿਆ, ਮੈਂ ਕਿਹਾ ਸਿੰਘ ਤੇਰੀ ਮੰਮੀ? ਕਹਿੰਦੀ ਉਹ ਤਾਂ ਪਤਾ ਨਹੀਂ, 11ਵੀਂ ਸੀ। 11ਵੀਂ ਤੋਂ ਬਾਅਦ ਮੈਂ ਕਿਹਾ ਚੱਲ ਹੱਟੀ ਗਈ ਹੋਣੀ ਆ ਵੀ ਆ ਜੂਗੀ। ਤੇ ਬੀਬੀ ਨੂੰ ਮੈਂ ਕਿਹਾ ਬੀਬੀ ਸ਼ਾਇਦ ਹੱਟੀ ਗਈ ਹੋਵੇ ਵੀ ਆ ਜਾਵੇ ਉਹ। ਤੇ ਮੈਂ ਕਿਹਾ ਤੂੰ ਉਹਨੂੰ ਘਰੇ ਰੱਖ ਲਈ। ਇਹ ਮੁੜ ਕੇ ਆਈ ਨਹੀਂ, ਇਹ ਕਿਤੇ ਆਪਦੇ ਪਿੰਡ ਚਲੀ ਗਈ। ਮੈਂ ਸ਼ਾਮ ਨੂੰ ਫੋਨ ਲਾਇਆ ਸੁਬਹ ਆ ਕੇ, ਮੈਂ ਕਿਹਾ ਵੀ ਇੱਥੇ ਆਈ? ਕਹਿੰਦੇ ਇੱਥੇ ਆਈ ਆ। ਉਹਨਾਂ ਨੇ ਮੈਨੂੰ, ਮੈਂ ਉਦੋਂ ਨਹੀਂ ਸੰਗਲੀ ਲਾਉਂਦਾ ਇਹਨਾਂ ਨੂੰ, ਉਦੋਂ ਬਾਅਦ ਉਹਨਾਂ ਨੇ ਸੰਗਲੀ ਲਾ ਤੀ। ਮੈਨੂੰ ਬੜਾ ਦੁੱਖ ਜਿਹਾ ਲੱਗਾ, ਮੈਂ ਕਿਹਾ ਸੰਗਲੀ ਕਾਹਤੋਂ ਲਾਈ? ਕਹਿੰਦੇ ਭੱਜ ਜਾਂਦੀ ਆ, ਘਰੋਂ ਚਲੀ ਜਾਂਦੀ, ਕਿਤੇ ਫਿਰਦੀ ਰਹਿੰਦੀ ਆ ਖੇਤਾਂ ਬੰਨਿਆਂ। ਮੈਂ ਕਿਹਾ, ਮੈਨੂੰ ਕਹਿੰਦੇ ਮੈਂ ਝੋਨਾ ਝਾਨਾ ਲਵਾ ਕੇ, ਕਹਿੰਦੇ ਸੰਗਲੀ ਲਾ ਜਾ, ਇਹਨੂੰ ਸੰਗਲੀ ਨਾ ਬੰਨਦਾ ਕਰੀ। ਮੈਂ ਕਿਹਾ ਚੱਲ ਕੋਈ ਨਾ, ਮੈਂ ਸੰਗਲੀ ਨਾ ਬੰਨਦਾ ਕੋਈ। ਇੱਕ ਦੋ ਵਾਰੀ ਇਹ ਸੰਗਲੀ ਖਿਲਾ ਕੇ ਮੈਂ ਕੰਮ ਪਿਆ, ਤੇ ਇੱਕ ਦੋ ਵਾਰੀ ਜਾਵੜੀ ਸ਼ਾਮ ਨੂੰ ਕਿਤੇ ਪਤਾ ਨੀ ਕਿੱਧਰ ਨੂੰ ਚਲੀ ਗਈ। ਫਿਰ ਮੈਂ ਲੱਭ ਕੇ ਲਿਆਂਦੀ ਇਹ ਆ ਕੇ। ਮੈਨੂੰ ਘੱਟੋ ਘੱਟ 9-1 ਦਿਨ ਰਾਤ ਨੂੰ ਚਲੀ ਗਏ, 1:30-2 ਵਜੇ ਮੈਂ ਲੈ ਕੇ ਆਉਂਦੀ ਭਾਲ ਕੇ। ਫਿਰ ਤੂੰ ਜਿੰਦਾ ਲਾਉਣ ਲੱਗ ਗਿਆ ਉਦੋਂ ਬਾਅਦ? ਫਿਰ ਮੈਂ ਜੀ, ਫਿਰ ਮੈਂ ਕਿਹਾ ਜਵਾਕਾਂ ਕੋਲੇ ਚੱਲ ਮੈਂ ਕੰਮ ਤੇ ਜਵਾਉਂਗਾ, ਜਵਾਕਾਂ ਕੋਲੇ ਤਾਂ ਰਹੂਗੀ ਇਹ, ਜਵਾਕ ਨੂੰ ਪਾਣੀ ਧੁੰਦਾ ਫੜਾ ਦੇਣਗੇ। ਜੇ ਮੈਂ ਕੰਮ ਤੋਂ ਸ਼ਾਮ ਨੂੰ 7:30-8 ਵਜੇ ਆਉਂਦਾ ਹੁੰਦਾ ਕੰਮ ਤੋਂ, ਫਿਰ ਮੈਨੂੰ ਲੱਭਣਾ ਔਖਾ ਹੁੰਦਾ। ਆਂਟੀ ਕਾ ਆਂਟੀ ਠੀਕ ਆ ਕੁੜੀਏ? ਪੁੱਤ ਅੰਦਰ ਜਾ ਕੇ ਪੈ ਗਈ ਫੇਰ ਤੂੰ ਰਿਹਾ? ਤੂੰ ਰਿਹਾ ਪੁੱਤ?
मोबाइल दिता है जवाकों हां पुत की रेत फोन ते पखा चलता जरूर पेकिया ने शायद दिता हो उस टाइम ब्याह च आया हो जा जरा शिंगार बॉक्स जहा हों पेटी है बेड आ अद्धा टुटिया पिया आही तीन भांडे चार देखो एक पतीली जी है एक पतीला एक तवा एक दो डोलू है बस ओ वाहिगुरु सच्चा पातशाह आ फोटो की पुत आ फोटो की डैडी दी तेरे दी तेरा डैडी ऐदा ना हुंदा सी पहला है वक्त हालात बदल दिंदा पहला किसे टाइम वीर दे हालात इदां दे सीगे आजो पुत बाहर मम्मी कोले आजो आजो साडे नाल साडे भैण हुणी हरजीत भैण ते जैस्मीन नाल टीम मैंबर आए ने ते इहनूं भैण नूं बेचारी नूं घर दे विच संगल नाल बन्ह के रखणा पैंदा वा परिवार नूं बच्चियां दी परवरिश वास्ते वी इत्थे कोई है नहीं गा घर एक कमरा ओनू भी कोई दरवाजा नहीं कोई बारी नहीं कोई बागला नहीं गा इधरले पास रूड़ी हुई कंध बनी हुई है किसी की रूड़ी है नाल एक गरीब ते लोड़वंद परिवार देखो पिंड दे विच वसदा परिवार ये सरकारां दीआं गल्लां करिए बड़ियां बड़ियां दावे फुके वह भी सुनन नूं मिलदे आ ਆਪਾਂ ਗੱਲ ਕਰਦੇ ਹਾਂ ਬੇਟੀ ਪੜ੍ਹਾਓ ਬੇਟੀ ਬਚਾਓ ਦੀ ਉਹ ਵੀ ਆ ਤੁਹਾਡੇ ਸਾਹਮਣੇ ਬੈਠੀ ਹੈ ਸੰਗਲ ਨਾਲ ਬੰਨੀ ਹੋਈ ਵਿਚਾਰੀ ਦਲਿਤ ਦੇ ਨਾਂ ਤੇ ਬਥੇਰਾ ਕੁਛ ਕੀਤਾ ਜਾਂਦਾ ਇੱਥੇ ਸਰਕਾਰਾਂ ਵੱਲੋਂ ਬੜੀਆਂ ਰੋਟੀਆਂ ਸੇਕੀਆਂ ਜਾਂਦੀਆਂ ਆਪਦੀਆਂ ਵੋਟਾਂ ਜਦੋਂ ਆ ਜਾਂਦੀਆਂ ਉਦੋਂ ਇਹਨਾਂ ਦੇ ਨਾਮ ਲੈ ਲੈ ਕੇ ਵੋਟਾਂ ਲੈਣ ਦਾ ਉਪਰਾਲਾ ਕੀਤਾ ਜਾਂਦਾ ਸਰਕਾਰਾਂ ਵੱਲੋਂ ਲੀਡਰਾਂ ਵੱਲੋਂ ਪਰ ਅਸਲ ਦੇ ਵਿੱਚ ਜ਼ਿੰਦਗੀ ਇਹਨਾਂ ਦੀ ਆਹ ਵਾ ਇਸ ਕਰਕੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਸਾਡੇ ਪੋਲੀਟੀਕਲ ਲੋਕਾਂ ਨੂੰ ਵੀ ਸ਼ਰਮ ਖਾਓ ਯਾਰ ਬਾਈ ਇੱਥੋਂ ਦੇ ਵੀ ਲੋਕਲ ਐਮ ਐਲ ਏ ਹੋਣਗੇ ਐਮ ਪੀ ਹੋਣਗੇ ਮੰਤਰੀ ਸਾਰੇ ਅਹੁਦੇਦਾਰ ਛੋਟੇ ਤੋਂ ਵੱਡੇ ਤੱਕ ਪਰ ਇਹਨਾਂ ਦਾ ਕੋਈ ਨਹੀਂ ਵੀਰੇ ਕੋਈ ਕਿਸੇ ਨੇ ਇਲਾਜ ਇਲੂਜ ਕਰਾਉਣ ਲਈ ਜਾਂ ਕਿਤੇ ਜਿਹੜਾ ਕਮਰਾ ਪਾਉਣ ਲਈ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ ਕੋਈ ਨਸ਼ਾ ਕਰਦਾ ਤੂੰ ਇਹ ਨਸ਼ ਮਹੱਲੇ ਵਾਲੇ ਬਾਈ ਖੜੇ ਹੋਏ ਸ਼ਰਾਬ ਸ਼ਰੂਬ ਪੀਂਦਾ ਜ਼ਿਆਦਾ ਸੰਗਲ ਲੱਗਾ ਤੇ ਫਿਰ ਮੈਂ ਮੋਟਰਸਾਈਕਲ ਰੋਕ ਕੇ ਤੇ ਵੇਖਿਆ ਜਦੋਂ ਵੇਖਿਆ ਤੇ ਉਹ ਵਿਚਾਰੀ ਇੱਥੇ ਧੁੱਪੇ ਪਈ ਫਿਰ ਅਸੀਂ ਮੈਂ ਕਿਹਾ ਮੈਂ ਕਿਹਾ ਯਾਰ ਆਪਾਂ ਹੋਰ ਠੀਕ ਹੈ ਜੀ ਉੱਥੇ ਆਪਾਂ ਭੇਜ ਗਏ ਉਹਨੂੰ ਹਾਂ ਜਵਾਕ ਛੋਟੇ ਆ ਚੱਲ ਜਵਾਕ ਤਾਂ ਸਾਂਭ ਲੈਣਗੇ ਵੀ ਦਾਦੀ ਇਹਨਾਂ ਦੀ ਹੈਗੀ ਆ ਵੀ ਦਾਦੀ ਕੋਲੇ ਛੱਡ ਦਾਂਗੇ ਉਹ ਹੁਣ ਮੁੰਡਾ ਵਿਚਾਰਾ ਦਿਹਾੜੀ ਜਾਂਦਾ ਤੜਕੇ ਰੱਖਦੇ ਨਾ ਫੇਰ ਆਏ ਉਹਦੇ ਵਿਚਾਰਾ ਰੋਟੀਆਂ ਲਾਈ ਜਾਵੇ ਉਵੇਂ ਲਿਬੜੇ ਹੱਥ ਸਾਡੇ ਕੋਲੇ ਆਇਆ ਫਿਰ ਇਹਨੂੰ ਅਸੀਂ ਪੁੱਛਿਆ ਇਹ ਕਹਿੰਦਾ ਯਾਰ ਭੇਜ ਦਿਓ ਤੇ ਵੀ ਪੁੰਨੀ ਆ ਕਹਿੰਦਾ ਵੀ ਇੱਥੇ ਕਹਿੰਦਾ ਮੈਂ ਤਾਂ ਕੰਮ ਤੇ ਰਹਿੰਦਾ ਸਾਰੀ ਦਿਹਾੜੀ ਤੇ ਇਹ ਕਹਿੰਦਾ ਵਿਚਾਰੀ ਇੱਥੇ ਬੈਠੀ ਰਹਿੰਦੀ ਉਹਦੇ ਫਿਰ ਅਸੀਂ ਰੈ ਕਰਕੇ ਤੁਹਾਨੂੰ ਫੋਨ ਲਾਇਆ ਤੁਹਾਡਾ ਕੀ ਨਾਮ ਬਾਈ ਜੀ ਮੇਰਾ ਨਾਂ ਜਗਸੀਰ ਸਿੰਘ ਹੈ ਜਗਸੀਰ ਬਾਈ ਤੁਹਾਡਾ ਵੀਰੇ ਮੇਰਾ ਨਾਂ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਇਹ ਵੀਰ ਆ ਜਗਸੀਰ ਸਿੰਘ ਤੇ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬਾਈ ਵੀ ਘਰੇ ਮੈਨਾਂ ਦਾ ਕੰਮ ਕਰਦੇ ਖੇਤੀ ਦਾ ਹੱਥਾਂ ਮਿੱਟੀ ਨਾਲ ਡਿੱਬੜਿਆ ਹੋਇਆ ਉਵੇਂ ਹੀ ਅਸੀਂ ਇਹਨੂੰ ਫੋਨ ਕਰਤਾ ਤੇ ਇੱਥੇ ਸਾਡੇ ਨਾਲ ਆ ਗਿਆ ਬਾਈ ਇੱਧਰ ਨੂੰ ਤੁਰ ਪਏ ਤੇ ਆਹ ਮੁਹੱਲੇ ਦੇ ਲੋਕ ਖੜੇ ਨੇ ਇਹ ਵੀ ਵਿਚਾਰੇ ਦੇਖ ਰਹੇ ਆ ਕਰੇ ਇੱਕ ਬੰਦਾ ਕੀ ਕਿਸੇ ਲਈ ਬੰਦਾ ਹੁਣ ਕਿਸੇ ਨੂੰ ਆਪਦੇ ਘਰੇ ਲਿਜਾ ਕੇ ਰੱਖ ਨਹੀਂ ਸਕਦਾ ਇਹ ਜਗਜੀਤ ਆ ਠੀਕ ਹੈ ਜਗਜੀਤ ਸਿੰਘ ਕਿਵੇਂ ਆ ਤੁਹਾਡੇ ਨਾਲ ਹੀ ਗੱਲ ਹੋ ਰਹੀ ਸਾਡੀ ਫੋਨ ਤੇ ਵੀਡੀਓ ਤੁਸੀਂ ਭੇਜੀ ਸੀ ਚਲੋ ਬਹੁਤ ਧੰਨਵਾਦ ਜਗਜੀਤ ਸਿੰਘ ਜੀ ਠੀਕ ਆ ਚੱਲ ਭੈਣ ਦਾ ਬਹੁਤ ਔਖਾ ਪਿਆ ਵਾ ਜੀ ਵਿਚਾਰੀ ਦਾ ਜਵਾਕ ਵੀ ਨਿੱਕੇ ਨਿੱਕੇ ਆ ਇਹ ਵੀ ਕੰਮ ਤੇ ਜਾਂਦਾ ਵਾ ਔਖਾ ਵਾ ਇਹਦਾ ਸਾਰੀ ਦਿਹਾੜੀ ਮੰਦੀ ਹਾਲਤ ਆ
ਕਰਕੇ ਵੀ ਚਲੋ ਜਾਂਦਾ ਨਾਲੇ ਜਿਹੜੇ ਇਹਨੇ ਇਲਾਜ ਬਹੁਤ ਕਰਵਾਇਆ ਪਹਿਲੋਂ ਆ ਵੀ ਬਿਮਾਰ ਦੱਸਦਾ ਸੀਗਾ ਵੀ ਹੁਣ ਤੁਹਾਡੇ ਸਾਹਮਣੇ ਹੀ ਆ ਘਰ ਦੇ ਕੀ ਹਾਲ ਹੋਏ ਪਏ ਉਹੀ ਤਾਂ ਗੱਲ ਆ ਯਾਰ ਬਾਈ ਐਡਾ ਪਿੰਡ ਵਸਦਾ ਕੋਈ ਮੰਨ ਲਓ ਪੰਚਾਇਤੀ ਤੌਰ ਤੇ ਮਦਦ ਕੋਈ ਹੋਰ ਚਲੀਏ ਭੈਣੇ ਚਲੀਏ ਬਾਈ ਆਪਾਂ ਲੈ ਕੇ ਚਲੀਏ ਰੋਣਾ ਨੀ ਤੂੰ ਟੈਨਸ਼ਨ ਨਾ ਲੈ ਵਾਹਿਗੁਰੂ ਕਿਰਪਾ ਕਰਨਗੇ ਤੇਰੀ ਘਰ ਵਾਲੀ ਨੇ ਤੇਰੇ ਬੱਚਿਆਂ ਨੂੰ ਪਾਲਣ ਜੋਗੀ ਹੋ ਜਾਣਾ ਇਹਨੇ ਠੀਕ ਆ ਰੋਣਾ ਰੋਣਾ ਤੂੰ ਹੌਸਲਾ ਰੱਖ ਇਸ ਗੱਲ ਦਾ ਹੌਸਲਾ ਰੱਖ ਬਾਈ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਠੀਕ ਆ ਕੋਈ ਨਾ ਅਸੀਂ ਤੇਰੇ ਭਰਾ ਆ ਅਸੀਂ ਤੇਰੇ ਨਾਲ ਆ ਹਨਾ ਤੇਰੇ ਪਿੰਡ ਦੇ ਬੰਦੇ ਤੇਰੇ ਨਾਲ ਖੜੇ ਆ ਜਿਹੜੇ ਚਲੋ ਧੰਨਵਾਦ ਜਿਨ੍ਹਾਂ ਨੇ ਸਾਨੂੰ ਸੱਦਿਆ ਨਾ ਰੋਣਾ ਸੁਖਜੀਤ ਕਾਲੇ ਗੁੱਗ ਨੂੰ ਕਹਿ ਚੁੱਪ ਕਰ ਜਾ ਚੁੱਪ ਕਰ ਜਾ ਵੀਰੇ ਘਬਰਾ ਨਾ ਤੂੰ ਹੁਣ ਖੋਲ ਜਿੰਦਾ ਇਹਦਾ ਕਿੱਥੇ ਚਾਬੀ ਹੈਗੀ ਆ ਕੋਈ ਨਾ ਭੈਣੇ ਕਾਲੇ ਰੋਣਾ ਨੀ ਤੂੰ ਟੈਨਸ਼ਨ ਨੀ ਲੈਣੀ ਠੀਕ ਹੋ ਜਾਣਾ ਤੂੰ ਹਨਾ ਤੇਰੇ ਨੌ ਕੱਟੇ ਹੋਏ ਆ ਇਹਦੇ ਕੱਟੇ ਹੋਏ ਆ ਇਹ ਕੌਣ ਭੈਣ ਪਤਾ ਸੁਖਜੀਤ ਇਹਦਾ ਕੀ ਨਾਮ ਪਤਾ ਤੈਨੂੰ ਇਹਦਾ ਨਾਂ ਜੈਸਮੀਨ ਭੈਣ ਕਿੰਨੇ ਕੁ ਸਾਲਾਂ ਤੋਂ ਭੈਣੇ ਤੁਸੀਂ ਦੇਖਦੇ ਉਹਨੂੰ ਏਦਾਂ ਹੀ ਮਾੜਾ ਮੋਟਾ ਮਦਦ ਕਰਕੇ ਕਰਵਾ ਦਿੰਦੇ ਹੁਣ ਫਿਰ ਇਹ ਵੀ ਵਿਚਾਰਾ ਕੰਮ ਕਾਰ ਵਾਲਾ ਹੁਣ ਬੱਚੇ ਛੋਟੇ ਆ ਇਹਦੇ ਬੱਚਿਆਂ ਦੀ ਆਦਤਾਂ ਫੋਨ ਤੇ ਲੱਗੇ ਰਹੇ ਬੱਚੇ ਬਹੁਤ ਸਿਆਣੇ ਆ ਬਹੁਤ ਲੈਕ ਆ ਬਹੁਤ ਸਬਰ ਸੰਤ ਪੜਾਈ ਚ ਕਿਹੜੀ ਕਲਾਸ ਚ ਤੂੰ ਪੁੱਤ ਸੁਮਨ ਤੀਜੀ ਚ ਫੋਨ ਬੰਦ ਕਰ ਦੇ ਪੁੱਤ ਜਸ਼ਨ ਤੂੰ ਕਿਹੜੀ ਕਲਾਸ ਚ ਓਏ ਦੂਜੀ ਚ ਹਾਂ ਪਹਿਲੀ ਚ ਆ ਤੂੰ ਤੀਜੀ ਚ ਐਨਕ ਲੱਗੀ ਆ ਨਹੀਂ ਲੱਭਦੀ ਚਾਬੀ ਕੋਈ ਨਾ ਆ ਜਾ ਤੂੰ ਵਾਹਿਗੁਰੂ ਵਾਹਿਗੁਰੂ ਲੱਭ ਗਈ ਲਿਆ ਕਰ ਦੇ ਲੱਭ ਗਈ ਸੱਤੂ ਏ ਆਇਟਾਂ ਨਹੀਂ ਮਾਰੀਆਂ ਹੋਈਆਂ ਆਪ ਬੋਲੇ ਸੋ ਨਿਹਾਲ ਇਹ ਜਿੰਦਾ ਲਾ ਕੇ ਵਿਚਾਰੀ ਨੂੰ ਬੰਨਿਆ ਹੋਇਆ ਸੀਗਾ ਹਨਾ ਕੱਢ ਲਾ ਥੱਲੇ ਪਿਸ਼ਾਬ ਕਰਨ ਜਾਇਆ ਕੋਈ ਨਾ ਬਾਥਰੂਮ ਤੇ ਨਹੀਂ ਤਾਂ ਐਂ ਬੈਠੀ ਨੇ ਕਰ ਦੇਣਾ ਸੀਗਾ ਉਹ ਮੰਜੇ ਦੇ ਥੱਲੇ ਵਾਸ਼ਰੂਮ ਪਿਆ ਵਾ ਤੇ ਹੁਣ ਦੇਖੋ ਉਹਨੂੰ ਸੰਗਲ ਨਾਲ ਖੋਲਿਆ ਵਾ ਤਾਂ ਵਾਸ਼ਰੂਮ ਕਰਨ ਗਈ ਆ ਵਿਚਾਰੀ ਤੇ ਬੱਚੇ ਵੀ ਵਿਚਾਰੇ ਦੇਖ ਕੇ ਆਦੀ ਹੋਏ ਹੋਏ ਇਸ ਚੀਜ਼ ਦੇ ਹਨਾ ਮਾਂ ਨੂੰ ਬੰਨੀ ਹੋਈ ਨੂੰ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਊ ਬੱਚਿਆਂ ਦੇ ਫਿਰ ਕੱਪੜੇ ਕੁੱਪੜੇ ਲਾ ਕੇ ਏਦਾਂ ਹੀ ਸਿੱਟੇ ਪਏ ਆ ਭੈਣ ਨੇ ਇੱਧਰ ਸਿੱਟ ਦਿੰਦੀ ਆ ਲਾ ਕੇ ਕੱਪੜੇ ਸਲਵਾਰਾਂ ਤੇ ਇੱਥੇ ਸਾਡਾ ਨੁਕਤਾ ਦੀ ਸੇਵਾ ਪਰਿਵਾਰ ਵੱਲੋਂ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਵਾ ਵੀ ਏਦਾਂ ਦੇ ਗੁੱਗ ਵਰਗੇ ਵੀਰ ਬਹੁਤ ਨੇ ਵਿਚਾਰੇ ਜਿਹੜੇ ਕਿਸੇ ਦੇ ਘਰੇ ਦਿਹਾੜੀ ਜਾਂਦੇ ਨੇ ਕਿਸੇ ਦੀਆਂ ਨਿਉਆਂ ਪੱਟਦੇ ਨੇ ਕਿਸੇ ਦਾ ਘਰ ਬਣਾਉਂਦੇ ਨੇ ਕਿਸੇ ਦੇ ਟਾਈਲਾਂ ਲਾਉਂਦੇ ਨੇ ਪਰ ਯਾਰ ਬਾਈ ਉਹਨਾਂ ਦੇ ਆਪਦੇ ਘਰਾਂ ਦੇ ਵਿੱਚ
एक टायल तक की इट भी लाने है सिस्टम, छत भी है नहीं, दरवाजा भी है नहीं घर न, तुहाडे घर च जदों कोई लेबर वाला बंदा काम करता हुंदा जी कितें उहदा दुख सुख भी कितें पुछो तुसीं ना, जे कितें गेड़ा मारो उहदा घर च की हालात ने आ, पिंड दे सरपंच साहब नूं इत्थों जां होर लोकां नूं पता ही आ, सारिआं नूं किहनूं नहीं पता हुंदा, कोई आके झात तां मारे बस इसे पार्टी बाजियां च रुझे होए भी उहदा बंदा इहने उहनूं वोट पाई सी, आ उहनां दा इह उहनूं वोट पाई सी, उस चक्कर दे विच इह बंदे पिसी जांदे बेचारे। इन्हां बच्चिआं दी जिंदगी दे उत्ते किदां दा असर पै रिहा, आ बेचारी मां प्यो ने जदों ब्याह के भेजी सी इस घर च उदों थोड़ी सोचिआ है ना इहने होऊगा बेचारी ने भी मेरे नाल इक दिन इस विहड़े च मैनूं संगण नाल बन्निआ होऊगा। बच्ची ओनू हक मार दी है भी अंदर बड़ के जाके जराई ले लेनी है उपर। गर्मिया दे बेच बेचारी रजाई लेके पै गई है, इस घर दी हालत देखो जी, छत डिगण वाली है जमा ही, कितें कंधां दे विच्चों मिट्टी बाहर निकली पई है, गारे दी चिनाई आ, इत्थे एक दरवाजा चाहीदा, उहदी थां ते एक कंबल ही बन्निआ होइआ वा, इत्थे एक विंडो चाहीदी है, एक पुराना रोशनदान जिहा फिट कीता होइआ बाई ने विचार नी, इस घर दे विच शिंगार बॉक्स पिया, जदों वाइफ दा विआह होइआ होवे बाई दा वाइफ लैके आई हो पेकिआं तों शायद, उहदे च शीशा नहीं हैगा, काले खड़ी हो भैने गल सुन, उरे आ तेनू नवे सूट देने, खड़ी हो लै ला जाके उतो फड़ ला, खड़ी हो आ जा, खड़ी हो खड़ी आ जा मेरी भैन, खड़ी हो काले आ जा मेरी भैन, आ जा आ जा, चल आ चलिए तेनू नाल जाना पैना साडे, ठीक है सत श्रीकाल भैने, इन्हें ठीक हो ना तू ना रहेगा, ठीक है कम करके केड़ा तू घर बना लिया, घर घर कम करके तू की बना लिया, असी सुनी सी उदन भी गल, तू कहिंदा सी मैं नहीं जाना इहनूं लै जाना, जे असी इहनूं लै जांगे भरावा फिर की है तेरे कोले पिछे, नाल रह के इहदा इलाज करा ਸਾਡੇ ਕੋਲੇ, ਜੇ ਉਹਨਾਂ ਟਾਈਮ ਬੱਚਿਆਂ ਨੂੰ ਵੀ ਨਾਲ ਲੈ ਕੇ ਨਾ, ਬੱਚੇ ਵੀ ਨਾਲ ਲੈ ਚੱਲ, ਵਧੀਆ ਹੋ ਜਾਊਗਾ ਇਹਦਾ, ਬੱਚੇ ਵੀ ਨਾਲ ਲੈ ਚੱਲ, ਠੀਕ ਆ ਤੇਰੀ ਅਸੀਂ ਕੋਈ ਮਦਦ ਕਰਾਂਗੇ, ਘਰ ਚ ਸਮਾਨ ਲੀੜਾ ਕੱਪੜਾ ਵੀ ਦੇਵਾਂਗੇ, ਬਿਸਤਰਿਆਂ ਨੂੰ ਹੋਰ ਆ ਕਿਹੜਾ ਮਾੜਾ ਮੋਟਾ ਕੋਈ ਛੱਤ ਛੁੱਤ ਪੈਣ ਵਾਲੀ ਕੋਈ ਮਹਾਰਾਜ ਨੇ ਕੀਤਾ, ਅਸੀਂ ਤੇਰੀ ਮਦਦ ਕਰਾਂਗੇ ਜੋ ਕਰ ਸਕੇ ਮਹਾਰਾਜ ਕਰਾਂਗੇ ਸੱਚੇ ਪਾਤਸ਼ਾਹ, ਤੇ ਅਸੀਂ ਬੇਨਤੀ ਕਰਦੇ ਹਾਂ ਭੈਣ ਭਰਾਵਾਂ ਨੂੰ ਸੰਗਤ ਨੂੰ, ਜਿਹੜੇ ਆ ਪਿੰਡ ਦੇ ਲੋਕ ਨੇ, ਇੱਥੋਂ ਦੇ ਅੰਦਗੜ੍ਹ ਖੜੇ ਹਾਂ ਅਸੀਂ, ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਅੰਦਗੜ੍ਹ, ਸੋਰੀ ਅਸੀਂ ਪਹਿਲਾਂ ਦੱਸਣਾ ਭੁੱਲ ਗਏ, ਥੋੜ੍ਹੀਆਂ ਇਮੋਸ਼ਨਲੀ ਦੇਖ ਕੇ ਇਹਨਾਂ ਨੂੰ ਹਾਲਾਤ ਇੱਦਾਂ ਦੇ ਦਿਮਾਗ 'ਚ ਆਏ ਵੀ ਬੋਲ ਹੀ ਨਹੀਂ ਹੋਇਆ ਕੁਛ ਅੱਜ ਨਾ, ਅੰਦਗੜ੍ਹ ਪਿੰਡ ਹੈ ਜੀ ਇਹ, ਸਿੱਧਵਾਂ ਬੇਟ ਤੋਂ ਗਾਂਹ ਜਦੋਂ ਇੱਧਰ ਨੂੰ ਆਉਂਦੇ ਹਾਂ ਨਾ ਆਪਾਂ, ਗਾਲਬ ਕੋਕਰੀ ਤੋਂ ਅੱਗੇ ਆ ਕੇ ਭਿੰਡਰਾਂ ਆਉਂਦਾ, ਭਿੰਡਰ ਪਿੰਡ ਦੇ ਨਾਲ ਹੀ ਅੰਦਗੜ੍ਹ ਪਿੰਡ ਆ ਇਹ ਪਿੰਡ, ਇੱਕ ਕੋਕਰੀ ਬਹਿਣੇ ਵਾਲ, ਕੋਕਰੀ ਫੂਲਾ ਸਿੰਘ, ਇੱਧਰ ਆਲੇ ਦੁਆਲੇ ਦੇ ਪਿੰਡ ਪੈਂਦੇ ਆ, ਇਹ ਅੰਦਗੜ੍ਹ ਪਿੰਡ ਆ, ਅੰਦਗੜ੍ਹ ਪਿੰਡ ਦੇ ਕੋਲੇ ਵਿੱਚ ਅਸੀਂ ਖੜੇ ਹਾਂ, ਅਤੇ ਅੰਦਗੜ੍ਹ ਤੋਂ ਹੀ ਹੁਣ ਸਾਨੂੰ ਕਈ ਫੋਨ ਆਉਣਗੇ ਵੀਡੀਓ ਦੇਖ ਕੇ ਵੀ ਭੈਣਾਂ ਦੇ ਵੀਰਾਂ ਦੇ ਵੀ, ਬਾਈ ਯਾਰ ਸਾਨੂੰ ਪਤਾ ਨਹੀਂ ਸੀਗਾ, ਅਤੇ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਹੁਣ ਪਤਾ ਲੱਗ ਗਿਆ ਵੀਡੀਓ ਦੇਖ ਕੇ, ਤੁਸੀਂ ਇਹਦੀ ਬੰਦੇ ਦੀ ਮਦਦ ਕਰੋ ਪਿੰਡ 'ਚ, ਸਾਨੂੰ ਇਸ ਭੈਣ ਵਾਸਤੇ ਕਿਸੇ ਮਦਦ ਦੀ ਲੋੜ ਨਹੀਂ, ਉਹਨੇ ਰੋਟੀ ਖਾਣੀ ਆ, ਦਵਾਈ ਖਾਣੀ ਆ, ਉੱਥੇ ਇੰਨੇ 5000 ਬੰਦੇ ਦੀ ਦਵਾਈ ਹਰ ਮਹੀਨੇ ਦਿੱਤੀ ਜਾਂਦੀ, ਜਿੱਥੇ ਇੱਕ ਭੈਣ ਦੀ ਦਵਾਈ ਚੱਲ ਪਊਗੀ ਉਹ ਵਾਹਿਗੁਰੂ ਨੇ ਆਪੇ ਇੰਤਜ਼ਾਮ ਕਰਾ ਲੈਣਾ, ਇੱਥੇ ਲੋੜ ਆ ਇਹਨਾਂ ਨੂੰ ਘਰ ਦੇ ਵਿੱਚ ਭਰਤ ਪਾ ਕੇ, ਇੱਥੇ ਦੋ ਕਮਰੇ ਪਾਏ ਜਾਣ, ਨਿੱਕੇ ਨਿੱਕੇ ਬੱਚਿਆਂ ਵਾਸਤੇ ਕਿਚਨ ਬਾਥਰੂਮ ਦੀ ਜ਼ਰੂਰਤ ਆ ਜਿਹੜੀ ਉਹ ਪੂਰੀ ਹੋ ਜਾਵੇ ਇਸ ਘਰ 'ਚ,
इत्थे लोकां नूं बेनती है जे कोई आस पास दे पिंड दे लोक साडी इस वीडियो नूं देखदे आ तां इहदी पिंड च मदद करो। इत्थे बाई जगजीत सिंह खड़ा वा उहनूं असीं तुहाडे नाल संपर्क करा सकदे आ। बाई खड़ा नंबर ते इत्थे रहिंदा बाई। हांजी बाई। बाकी आ गोगा वीर जिहड़ा ना आप टैलर दा कम करदा टैलर लाउण दिहाड़ी जांदा कि की करदा हैं बनाउणे आ टैलर जिहड़ियां वड्डियां टैलर हुंदियां इंटरलॉक इंटरलॉक टैल बनाउण दा कम करदा बाई। किन्नी दिहाड़ी तैनूं मिलदी? 400 रुपया दिहाड़ी मिलदी आ ते 400 रुपया दिहाड़ी दे नाल इह रोटी भी खा सकदा। बस अरदास करियो वी इह भैण साडे कोल जाके उत्थे ठीक हो जावे आके अपने घर बार नूं सांभण जोगी हो जावे ते इहदे घर बार दे विच खुशियां वापस आउण। इस घर नूं बनाउण वास्ते कोई भैण भरा अगे आवे जिहड़ा खुद अपने हत्थीं आके सारा कुछ करवा सकदे ने जिहड़े लोक उहनां नूं बेनती हत्थ जोड़ के साडे बस इन्नी की साडियां बेनती बिठाओ भैण गड्डी आ वे काका देख समान तेरे की समान पिया इत्थे हां फिर हुण तेरे कोल की चार भांडे मैं तां देखने एक बैड पिया एक पेटी आ की आ भाई ये ठीक हो चुकी सारा इहनू दरवाजा लवा दिंदे आ भाई जी नहीं इहनू दरवाजा लवा दोगे तुसीं असीं ना तुहानूं जिन्ना खा असि दरवाजे दे पैसे दरवाजा लॉक लगदा कर चलो इहनू इही फिकर आ ना मेरा समान ना कोई लै जाए इत्थों बिल्डिंग आला कोई होर लोहे दा गेट ग्रिलां बणाउंदे जिहड़े ना उहनू मेचा दे के ना इहदे दरवाजा ला दो पल्ले है ना बाई बन के साडी इन्नी बेनती है बाई ਨਹੀਂ ਗੋਗੇ ਤੈਨੂੰ ਚਾਬੀ ਉੱਥੇ ਪਹੁੰਚਦੀ ਹੋਜੂ ਬਾਈ ਹੁਣੀ ਚਾਬੀ ਪਹੁੰਚਾ ਦੇਣਗੇ ਜਿੰਦਾ ਲਾ ਕੇ ਸਮਾਨ ਅੰਦਰ ਰੱਖ ਦੇ ਸਾਰਾ ਕਰ ਦੇਣਗੇ ਠੀਕ ਆ ਕਿਉਂਕਿ ਹੁਣ ਘਰੇ ਜਿੰਦਾ ਲਾਉਣ ਨੂੰ ਵੀ ਹੈ ਨਹੀਂ ਜੀ ਕੁਛ ਨਾ ਮੂਹਰੇ ਇੱਕ ਕੰਬਲੀ ਦੇ ਲਟਕ ਰਿਹਾ ਵਾ ਆਇਆ ਮਾੜਾ ਜਿਹਾ ਉੱਥੇ ਆ ਕਰਾਂ ਅਤੇ ਆਹ ਕੌਲੀ ਪਈ ਹੈ ਭੈਣ ਨੇ ਇਹਦੇ ਵਿੱਚ ਹੀ ਵਿਚਾਰੀ ਨੇ ਕੁਛ ਖਾਧਾ ਜੋ ਇਹਨੇ ਬਣਾਇਆ ਸੀ ਬਾਈ ਨੇ ਵਿਚਾਰੇ ਨੇ ਆ ਕੇ ਅਤੇ ਉਵੇਂ ਹੀ ਇੱਥੇ ਡੇਕ ਥੱਲੇ ਬੰਨੀ ਰਹਿੰਦੀ ਹੈ ਵਿਚਾਰੀ ਉਹ ਵਾਹਿਗੁਰੂ ਬੱਚਿਆਂ ਦੀ ਮਨੋਦਸ਼ਾ ਕਿੱਦਾਂ ਦੀ ਹੋਊ ਬੱਚਿਆਂ ਦੇ ਮਨ ਦੇ ਵਿੱਚ ਕਿੱਦਾਂ ਦੇ ਪ੍ਰਭਾਵ ਪਏ ਹੋਣਗੇ ਮਾਂ ਨੂੰ ਇਸ ਹਾਲਾਤ ਦੇਖ ਕੇ ਹੈ ਨਾ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਆਪਾਂ ਸੋਚ ਵੀ ਨਹੀਂ ਸਕਦੇ ਫਿਰ ਇਹਨਾਂ ਬੱਚਿਆਂ ਨੇ ਵੱਡਿਆਂ ਹੋ ਕੇ ਇਹਨਾਂ ਦੇ ਦਿਮਾਗ ਦੇ ਉੱਤੇ ਇਸ ਚੀਜ਼ ਦਾ ਕਿੰਨਾ ਡੂੰਘਾ ਅਸਰ ਪੈਣਾ ਵਾ ਕਿੱਦਾਂ ਦੇ ਬੱਚਿਆਂ ਦੇ ਸੁਭਾਅ ਹੋਣਗੇ ਉਦੋਂ ਆਪਾਂ ਸੋਚ ਹੀ ਨਹੀਂ ਸਕਦੇ ਗੱਲਾਂ ਨਿੱਕੇ ਨਿੱਕੇ ਬੱਚੇ ਆਪਣੀ ਮਦਰ ਨੂੰ ਬੰਨਿਆ ਹੋਇਆ ਦੇਖਦੇ ਆ ਹੈ ਨਾ ਚਲੋ ਭੈਣੇ ਬੈਠੋ ਗੱਡੀ 'ਚ ਬੈਠੋ ਮਾਰੋ ਸਿਰਫ ਕਾਕਾ ਸ਼ਾਹ ਜੀ ਮਾਰੋ ਸਿਰਫ ਬੈਠ ਵੀ ਗੁੱਗ ਸਿੰਘ ਹਾਂ ਬਹਿੰਦੇ ਉਹ ਗੁੱਗ ਕਿਧਰ ਗਿਆ ਉਹ ਮੁੰਡਾ ਠੀਕ ਹੈ ਜੀ ਇੰਨੀਆਂ ਕੀ ਸਾਡੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ